ਬਟਾਲਾ ਰੋਡ ਇਲਾਕੇ ਵਿੱਚ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਉੱਤੇ ਆਏ ਚਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਉੱਤੇ 5 ਲੱਖ ਰੁਪਏ ਅਤੇ ਆਸਟ੍ਰੇਲੀਆਈ ਡਾਲਰ ਲੁੱਟ ਲਏ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ। ਲੁੱਟ ਦਾ ਸ਼ਿਕਾਰ ਹੋਏ ਵਿਨੋਦ ਪਾਟੀਆ ਨੇ ਗੱਲਬਾਤ ਕਰਦੇ ਦੱਸਿਆ ਕਿ ਲੁਟੇਰੇ ਉਸ ਕੋਲੋਂ 5 ਲੱਖ ਭਾਰਤੀ ਕਰੰਸੀ ਅਤੇ 500 ਆਸਟ੍ਰੇਲੀਆਈ ਤੇ ਅਮਰੀਕੀ ਡਾਲਰ ਲੁੱਟ ਕੇ ਲੈ ਗਏ। ਉਸਨੇ ਕਿਹਾ ਕਿ ਇਹਨਾਂ ਲੁਟੇਰਿਆਂ ਨੇ ਸ਼ਾਮ ਵੇਲੇ ਦੁਕਾਨ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਤੇ ਨਕਦੀ ਦੀ ਮੰਗ ਕੀਤੀ ਅਤੇ ਉਸ ਕੋਲੋਂ ਅਲਮਾਰੀ ਦੀ ਚਾਬੀਆਂ ਲੈ ਕੇ ਕੈਸ਼ ਬਾਕਸ ਵਿੱਚੋਂ ਪੈਸਿਆਂ ਦਾ ਬੈਗ ਕੱਢ ਕੇ ਲੈ ਗਏ। ਪੁਲਿਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਹਨਾਂ ਕਿਹਾ ਕਿ ਦੁਕਾਨ 'ਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ, ਪਰ ਉਹ ਨੇੜਲੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਤੋਂ ਲੁਟੇਰਿਆਂ ਦੀ ਸ਼ਨਾਖਤ ਦੇ ਯਤਨ ਕਰ ਰਹੇ ਹਨ। ਕੋਈ ਬੰਦਾ ਆਇਆ ਟਿਕਟ ਕਨਫਰਮ ਕਸ਼ਨ ਕਰਨ ਕੈਨੇਡਾ ਦੀ, ਉਹਨੂੰ ਮੈਂ ਫੇਅਰ ਦਿੱਤਾ 10-15 ਮਿੰਟ ਲਾ ਕੇ ਟਰਾਈ ਕਰਕੇ ਸਾਰਾ ਫੇਅਰ ਦਿੱਤਾ 75,000-76,000 ਦੇ ਕਰੀਬ। ਉਸ ਤੋਂ ਬਾਅਦ ਉਹ ਚਲਾ ਗਿਆ ਵਿਜ਼ਿਟਿੰਗ ਕਾਰਡ ਲੈ ਕੇ। ਅੱਧੇ ਘੰਟੇ ਬਾਅਦ ਦੁਬਾਰਾ ਆਇਆ ਸੀ, ਬਾਹਰ ਖੜ੍ਹੇ ਸੀ ਮੇਰੇ ਨੇਬਰਸ ਦੇ ਨਾਲ, ਉਹਨੇ ਕਿਹਾ ਟਿਕਟ ਬੁੱਕ ਕਰ ਦਿਓ ਅਤੇ ਮੈਂ ਅੰਦਰ ਆਇਆ। ਇਨ ਬਿਟਵੀਨ 5 ਕੁ ਮਿੰਟ ਦੀ ਗੱਲਬਾਤ ਹੋਈ ਸਾਡੀ ਅਤੇ 4 ਬੰਦੇ ਨਾਲ ਅੰਦਰ ਵੜ ਆਏ। ਉਹਨਾਂ ਨੇ ਆਉਂਦਿਆਂ ਹੀ ਦਰਵਾਜ਼ਾ ਬੰਦ ਕਰ ਲਿਆ ਅਤੇ ਮੈਨੂੰ ਕਹਿੰਦੇ ਅੰਦਰਲੀ ਸਾਈਡ ਚੱਲ। ਉਸ ਬੰਦੇ ਨੂੰ ਉਹਨਾਂ ਨੇ ਭਜਾਤਾ, ਉਸ ਬੰਦੇ ਨੂੰ ਕਹਿੰਦੇ ਗਾਲ ਕੱਢ ਕੇ ਭੱਜਿਆ ਇੱਥੋਂ, ਉਹ ਦੌੜ ਗਿਆ। ਮੈਨੂੰ ਚਾਰੋਂ ਜਣੇ ਅੰਦਰ ਲੈ ਗਏ ਨੇ, ਅੰਦਰ ਜਾ ਕੇ ਮੈਨੂੰ ਉਹਨਾਂ ਨੇ ਬੰਨ ਲਿਆ, ਚੰਗੀ ਤਰ੍ਹਾਂ ਫੜ ਲਿਆ ਅਤੇ ਕਹਿੰਦੇ ਜੋ ਕੁਛ ਹੈਗਾ ਦੇ। ਮੈਂ ਚਾਬੀ ਨਹੀਂ ਦਿੱਤੀ, 15 ਮਿੰਟ ਮੈਂ ਘੱਟੋ ਘੱਟ ਉਹਨਾਂ ਨੂੰ ਚਾਬੀ ਲਈ ਤਰਸਾਉਂਦਾ ਰਿਹਾ ਕਿ ਚਾਬੀ ਮੇਰੇ ਪੜੋਸੀਆਂ ਦੀ ਦੁਕਾਨ 'ਤੇ ਮੇਰੇ ਕੋਲ ਨਹੀਂ ਗੀ। ਫਿਰ ਉਹਨਾਂ ਨੇ ਮੈਨੂੰ ਲੱਤਾਂ ਮਾਰੀਆਂ, ਮੈਨੂੰ ਮਾਰਿਆ, ਥੱਪੜ ਮਾਰਿਆ, ਫਿਰ ਨਹੀਂ ਮੈਂ ਮੰਨਿਆ ਅਤੇ ਉਹਨਾਂ ਨੇ ਮੇਰੇ ਚਾਕੂ ਮਾਰਿਆ ਉਂਗਲ 'ਤੇ ਅਤੇ ਚਾਕੂ ਮਾਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੇ ਨਹੀਂ ਕੁਛ ਹੈਗਾ। ਦੋ ਜਣਿਆਂ ਕੋਲ ਰਿਵਾਲਵਰ ਸੀ, ਦੋ ਜਣਿਆਂ ਕੋਲ ਚਾਕੂ ਸੀ। ਰਿਵਾਲਵਰ ਉਹਨਾਂ ਨੇ ਬਾਹਰ ਕੱਢ ਲਈ ਅਤੇ ਮੈਨੂੰ ਕਿਹਾ ਤੈਨੂੰ ਗੋਲੀ ਮਾਰ ਦੇਣੀ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਅਲਮੀਰਾ ਦੇ ਵਿੱਚ ਮੇਰਾ ਸਿਰ ਦੇ ਕੇ ਉੱਥੋਂ ਅਲਮਾਰੀ ਬੰਦ ਕਰ ਦਿੱਤੀ ਅਤੇ ਸਨ ਮਾਈਕੇ ਦੀ ਸੀਟ 'ਤੇ ਮੈਨੂੰ ਟੇਪਾਂ ਨਾਲ ਲਪੇਟ ਕੇ ਅਤੇ ਉਹਦੇ 'ਚ ਰੋਲ ਕਰਤਾ। ਲੱਤਾਂ ਬਾਹਾਂ ਮੈਨੂੰ ਕਹਿੰਦੇ ਫੋਲਡ ਕਰ, ਜ਼ਮੀਨ 'ਤੇ ਲੰਮੇ ਪਿਆ, ਪਰ ਮੈਂ ਫਿਰ ਵੀ ਨਹੀਂ ਪਿਆ। ਮੈਂ ਉਹ ਕਰਦਾ ਰਿਹਾ। ਇਸ ਟੇਪ ਰੋਲ ਨਾਲ ਉਹਨਾਂ ਨੇ ਮੈਨੂੰ 2 ਵਾਰੀ ਲਪੇਟਿਆ। ਇੱਕ ਟੇਪ ਰੋਲ ਮੈਂ ਪੁਲਿਸ ਨੂੰ ਪੂਰਾ ਦੇਖਤਾ ਜਿਹਦੇ 'ਚ ਬਲੱਡ ਲੱਗਾ ਹੋਇਆ ਸਾਰਾ। ਸੀਸੀਟੀਵੀ ਦੇ ਨਾਲ ਦਿਆਂ ਦੇ ਸਾਰੇ ਫੁਟੇਜ ਆ ਗਏ ਨੇ। ਸਾਡੇ ਕੋਲ ਸੀਸੀਟੀਵੀ ਨਹੀਂ ਹੈਗਾ ਜੀ। ਅਸੀਂ ਰੀਸੈਂਟਲੀ ਇਹ ਸਾਲ ਹੋਇਆ ਸ਼ੋਪ ਓਪਨ ਕੀਤੀ ਹੈ। ਨੁਕਸਾਨ ਤਾਂ ਸਰ ਹੁਣ 5 ਲੱਖ ਰੁਪਏ ਤੋਂ ਉੱਪਰ ਹੀ ਹੈ ਜੀ। ਜੋ ਵੀ ਵੈਸਟਰਨ ਯੂਨੀਅਨ ਦਾ ਸਾਡੇ ਕੋਲ ਕੈਸ਼ ਹੈਗਾ ਸੀ ਉਹ ਸਾਰਾ ਲੈ ਗਏ ਨੇ।